ਬਈ ਤੁਸੀਂ ਸਾਰੇ ਮੇਰੇ ਖਾਸ ਮਹਿਮਾਨ ਹੋ। ਮੈਂ ਤੁਹਾਨੂੰ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿਆਂ, ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਬੇਨਤੀ ਹੈ। ਬੇਨਤੀ ਨਹੀਂ ਜੋਗਿੰਦਰਪਾਲ ਜੀ, ਆਪ ਹੁਕਮ ਕਰੋ, ਸਾਰਿਆਂ ਵਾਸਤੇ ਮਾਰੀ ਜਾਨ ਹਾਜ਼ਰ ਸੈ। ਬਈ ਲਾਗਲੇ ਪਿੰਡ ਦੇ ਜੱਟ ਬੂਟ ਅਮਰੇ ਨੇ ਮੇਰੇ ਨਾਲ ਬਹੁਤ ਵੱਡਾ ਤਿੱਖ ਧੋਖਾ ਕੀਤਾ। ਪਹਿਲਾਂ ਸੰਗੀਤ ਸਿੱਖਣ ਦੇ ਬਹਾਨੇ ਮੈਨੂੰ ਪਗੜੀ ਭੇਟ ਕੀਤੀ, ਅਤੇ ਫਿਰ ਮੇਰੀ ਬੇਟੀ ਨੂੰ ਭਜਾ ਕੇ ਲੈ ਗਿਆ, ਅਤੇ ਉਸਤਾਦੀ ਦੀ ਭੇਟ ਕੀਤੀ ਹੋਈ ਪਗੜੀ ਲੀਰੋ ਲੀਰ ਕਰ ਗਿਆ। ਅਤੇ ਮੈਂ ਅੱਜ ਹੁਣ ਕਿਸੇ ਪਾਸੇ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ। ਤੁਸੀਂ ਫਿਕਰ ਨਾ ਕਰੋ ਪਿਤਾ ਜੀ, ਅਮਰੇ ਨੇ ਮੇਰੀ ਮਿੱਤਰ ਪ੍ਰੀਤੀ ਨੂੰ ਭਜਾ ਕੇ ਤੁਹਾਡੇ ਨਾਲ ਸਗੋਂ ਮੇਰੇ ਨਾਲ ਵੀ ਵੱਡਾ ਧੋਖਾ ਕੀਤਾ। ਔਰ ਜੇਕਰ ਪ੍ਰੀਤੀ ਘਰ ਵਾਪਸ ਨਾ ਆਈ ਤਾਂ ਸਾਡੀ ਇੱਜ਼ਤ ਵੀ ਪਿੰਡ ਵਿੱਚ ਰੁੜਦੀ ਨਜ਼ਰ ਆਏਗੀ। ਮੇਰੇ ਪਾਪਾ ਘਣਸ਼ਾਮ ਅਤੇ ਮਾਂ ਰੁਕਮੀ ਦੇਵੀ ਇਸ ਗੱਲ ਨੂੰ ਦਿਲ ਨਾਲ ਲਗਾ ਕੇ ਬੈਠੇ ਜੀ। ਔਰ ਕਿਸੇ ਬ੍ਰਾਹਮਣ ਲੜਕੀ ਦਾ ਜੱਟ ਬੂਟ ਮੁੰਡੇ ਨਾਲ ਘਰੋਂ ਦੌੜ ਜਾਣਾ, ਇਹ ਸਾਡੀ ਬਰਾਦਰੀ ਅਤੇ ਬ੍ਰਾਹਮਣ ਸਮਾਜ ਲਈ ਪੂਰੀ ਸ਼ਰਮ ਦੀ ਗੱਲ ਹੈ, ਮਰਿਆਦਾ ਤੋਂ ਬਾਹਰ ਦੀ ਗੱਲ ਹੈ। ਆਦਮਪੂ ਲੈ ਇੰਨੀਆਂ ਫੌਜਾਂ ਬਿਠਾਈਆਂ ਨੇ ਇੱਥੇ, ਓਏ ਆਏ ਨਹੀਂ ਘਰ ਬਚਦੇ। ਹਾਂ ਓਏ ਆ ਸੀ, ਆਹਾ ਇਹ ਫੜਨ ਗਿਆ ਅਮਰੂ ਨੂੰ, ਇਹਦੇ ਬੰਦੇ ਕੀ ਆ ਛੁੱਟਣਾ ਤਾਂ ਬਣੂ ਅਮਰੂ ਨੂੰ ਕੀ ਪਠਾ ਰੱਖੇ ਨੇ ਉਹਨੇ ਭਾਤ ਭਾਤ ਦੀ ਮਿਠਾਈ ਲੈ। ਬੜੀ ਲੰਮੀ ਉਮਰ ਹੈ ਜੀ, ਇਹ ਨਹੀਂ ਸਾਲਾ ਮਰਦਾ। ਉਸਤਾਦ ਜੋਗਿੰਦਰਪਾਲ ਜੀ, ਆਪ ਫਿਕਰ ਨਾ ਕਰੋ, ਸਮਝੋ ਅਮਰੂ ਕੀ ਤੋਂ ਉਲਟੀ ਗਿਣਤੀ ਸ਼ੁਰੂ ਹੋ ਗਈ ਸੈ। ਕਰਨਾਲ, ਰੋਹਤਕ, ਪਾਣੀਪਤ, ਦਿੱਲੀ, ਸਾਰੀ ਜਗ੍ਹਾ ਮੇਰੇ ਆਦਮੀ ਬੈਠੇ ਸੈ। ਬਸ ਬਸ ਉਹਨਾਂ ਇੱਕ ਵਾਰ ਉਨਕੀ ਫੋਟੋ ਦਿਖਾਉਣ ਦੀ ਜ਼ਰੂਰਤ ਸੈ, ਚਾਹੇ ਵਹਾਂ ਪਤਾਲ ਮੈਂ ਵੀ ਛੁਪੇ ਹੋ, ਥੋੜਾ ਛੋਰੀ ਨਾ ਪਕੜ ਕੇ ਆਪਕੇ ਕਦਮਾਂ ਮਿਲਿਆ ਕੇ ਗਿਰ ਦੇਂਗੇ। ਰਹੀ ਬਾਤ ਅਮਰੂ ਕੀ, ਅਮਰੂ ਨਾ ਲਾਤਾ ਬਾਹਾਂ ਦਾ ਬਾਂਧ ਗਏ, ਅਗਰ ਭਾਖੜਾ ਨਹਿਰ ਮੈਂ ਨਾ ਗਿਰਿਆ ਤਾਂ ਮੇਰਾ ਨਾਮ ਵੀ ਚੌਧਰੀ ਰਣਬੀਰ ਸਿੰਘ ਨਹੀਂ ਹੈ। ਓਏ ਨਹੀਂ, ਤੁਸੀਂ ਉਸਨੂੰ ਮਾਰਨਾ ਨਹੀਂ, ਤੁਸੀਂ ਉਸਨੂੰ ਫੜ ਕੇ ਮੇਰੇ ਹਵਾਲੇ ਕਰਨਾ। ਉਸ ਕਿਰਤ ਘਣ ਨੇ ਮੇਰੇ ਨਾਲ ਧੋਖਾ ਕੀਤਾ ਅਤੇ ਉਸਨੂੰ ਸਜ਼ਾ ਮੈਂ ਦਿਆਂਗਾ, ਅਜਿਹੀ ਸਜ਼ਾ ਦਿਆਂਗਾ ਕਿ ਕਦੇ ਮੁੜ ਕੇ ਉਸਦਾ ਪਰਛਾਵਾਂ ਵੀ ਕਿਸੇ ਦੀ ਕੁੜੀ ਵੱਲ ਅੱਖ ਚੁੱਕੇ ਨਹੀਂ ਵੇਖੂ। ਜਦ ਵੀ ਅਖਬਾਰ ਵੇਖੋ ਇੱਕ ਖਬਰ ਜ਼ਰੂਰ ਪੜ੍ਹਨ ਨੂੰ ਮਿਲਦੀ ਹੈ, ਪਾਕਿਸਤਾਨ ਦੀ ਸਰਹੱਦ 'ਤੇ ਗੋਲਾਬਾਰੀ, ਕਦੇ ਵਾਹਗਾ ਬਾਰਡਰ 'ਤੇ ਘੁਸਪੈਠੀਆਂ ਵੱਲੋਂ, ਕਦੇ ਕਾਰਗਿਲ ਦੇ ਬਾਰਡਰ 'ਤੇ ਕਾਰਗਿਲ 'ਚ ਗੋਲੀ ਚੱਲਦੀ ਹੈ। ਇਹਨਾਂ ਨੂੰ ਚੈਨ ਨਹੀਂ, ਜਦੋਂ ਵੀ ਵੇਖੋ ਇਹ ਕੁਝ ਨਾ ਕੁਝ ਗੜਬੜ ਕਰਦੇ ਹੀ ਰਹਿੰਦੇ ਨੇ। ਮੈਂ ਤਾਂ ਕਹਿੰਦਾ ਬਈ ਪਾਕਿਸਤਾਨ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਵੇਖ ਹੀ ਲੈਣਾ ਚਾਹੀਦਾ, ਇਹ ਜਿਹੜੀ ਕੌਮ ਹੈ ਕਦੇ ਕਿਸੇ ਦੀ ਨਹੀਂ ਬਣੀ। ਇਹਨਾਂ ਨੇ ਬਹੁਤ ਨੁਕਸਾਨ ਕਰਤਾ, ਹੁਣ ਵਾਰ ਵਾਰ ਜਿਹੜਾ ਹੈ ਮੇਰਾ ਬੜਾ ਖੂਨ ਉਬਾਲੇ ਖਾਂਦਾ ਇਹੋ ਜਿਹੀਆਂ ਖਬਰਾਂ ਪੜ੍ਹ ਕੇ। ਸਤਿ ਸ਼੍ਰੀ ਅਕਾਲ ਜੀ, ਤੂੰ ਇੱਥੇ ਕੀ ਲੈਣ ਆਇਆ? ਮੇਰੀ ਬੇਟੀ ਪ੍ਰੀਤੀ ਬਾਰੇ ਕੁਝ ਪਤਾ ਲੱਗਿਆ ਹੈ ਪਾਲ ਜੀ? ਮੈਂ ਤੁਹਾਡੇ ਕੋਲ ਇੱਕ ਅਰਜ਼ੀ ਬੇਨਤੀ ਲੈ ਗਿਆ। ਉਹ ਗੱਲ ਇਹ ਹੈ ਕਿ ਤੁਹਾਡੀ ਲੜਕੀ ਪ੍ਰੀਤੀ ਤੇ ਮੇਰਾ ਪੋਤਾ ਅਮਰ ਇੱਕ ਦੂਸਰੇ ਨਾਲ ਬਹੁਤ ਪਿਆਰ ਕਰਦੇ ਹਨ, ਕਿਉਂ ਨਾ ਉਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਜਾਵੇ। ਤੁਹਾਡੀ ਲੜਕੀ ਤੇ ਹੱਥ ਮੈਂ ਆਪਣੇ ਪੋਤਰੇ ਲਈ ਮੰਗਣ ਆਇਆ। ਚੁੱਪ, ਮੇਰੇ ਜ਼ਖਮਾਂ ਤੇ ਨਮਕ ਪੁੱਕਣ ਲਈ ਆਇਆ? ਮੈਂ ਤਾਂ ਸੋਚਦਾ ਸੀ ਕਿ ਮੇਰੀ ਬੇਟੀ ਪ੍ਰੀਤੀ ਬਾਰੇ ਕੋਈ ਪਤਾ ਲੱਗ ਗਿਆ ਹੋਵੇਗਾ, ਤੂੰ ਦੱਸਣਾ ਆਇਆ। ਹਾਂ, ਤੂੰ ਲੜਕੀ ਹੈ? ਹਾਂ ਮੈਂ ਇੱਕ ਲੜਕੀ ਹੂੰ। ਲੜਕੀ ਹੈ ਤੂੰ? ਹਾਂ ਮੈਂ ਇੱਕ ਲੜਕੀ ਹੂੰ। ਦੀਪੂ ਨਹੀਂ, ਲੜਕੀ? ਹਾਂ ਮੈਂ ਇੱਕ ਲੜਕੀ ਹੂੰ। ਕਮਾਲ ਹੈ, ਵਿਦਿਆਵਤੀ, ਵਿਦਿਆਵਤੀ! ਹਾਂਜੀ, ਤੇਰਾ ਆਈ, ਕਮਾਲ ਹੈ। ਆ ਦੇਖ ਕੀ ਦੇਖਦਾ ਮੈਂ, ਇਹ ਦੀਪੂ ਹੈ ਜਿਹੜਾ ਆਪਣੇ ਘਰ, ਇਹ ਲੜਕਾ ਨਹੀਂ ਲੜਕੀ ਹੈ। ਕੀ ਕਹਿ ਰਹੇ ਹੋ ਤੁਸੀਂ? ਬਾਅਦ ਵਿੱਚ ਲੜਕੀਆਂ ਵਾਲੇ ਕੱਪੜੇ ਪਾ ਕੇ ਧੋਖਾ ਕਰਦੇ ਅਸੀਂ ਮੇਰੇ ਨਾਲ। ਇਹ ਕੀ ਹੁਲੀਆ? ਮੈਂ ਲੜਕੀ ਹੂੰ, ਪਹਾੜੋਂ ਮੈਂ ਬਸੇ ਇੱਕ ਛੋਟੇ ਸੇ ਗਾਉਂ ਸੇ ਯੇ ਸੋਚ ਕਰ ਆਈ ਥੀ ਕਿ ਆਪ ਸੇ ਸੰਗੀਤ ਸਿੱਖੂੰਗੀ, ਲੇਕਿਨ ਆਪ ਜੈਸੇ ਇਨਸਾਨ ਸੇ ਮੈਂ ਸੰਗੀਤ ਕੈਸੇ ਸਿੱਖ ਸਕਤੀ ਹੂੰ? ਜਿਸ ਇਨਸਾਨ ਕੀ ਇਤਨੀ ਛੋਟੀ ਸੋਚ ਹੈ, ਜੋ ਕਿਸੀ ਕੀ ਭਾਵਨਾਓਂ ਕੋ ਨਹੀਂ ਸਮਝ ਸਕਤਾ, ਕਿਸੀ ਕੇ ਪਿਆਰ ਕੋ ਨਹੀਂ ਸਮਝ ਸਕਤਾ। ਨਹੀਂ, ਅਬ ਮੈਂ ਆਪ ਸੇ ਸੰਗੀਤ ਨਹੀਂ ਸਿੱਖ ਸਕਤੀ, ਜਾ ਰਹੀ ਹੂੰ ਆਪ ਕੋ ਛੋੜ ਕਰ, ਔਰ
ये बताने आई हूँ कि मैं एक लड़की हूँ। हाँ मैं एक लड़की हूँ। चुप, ज्यादा नहीं बोलना, चुप। खबरदार फतेह सिंह चले जाओ। जाओ बेटा जाओ जाओ जाओ। बैठो तुसी, अपनी सेहत तुम देखो, की कर रहे हो तुसी? अग्गे थोड़ी सेहत ठीक नहीं है। मैं की करां? बेटा पानी लेके आ। पहला अमरे ने धोखा किया, दूजा फिर ये दीपू है जेड़ा, वेखो लड़की होके लड़का बन के मेरे नाल धोखा करी है। यह जो है की है, यही कुछ तो है। तुसी अपनी सेहत का ध्यान रखो। हाँ ठीक है। राम राम जोगिंदरपाल जी। राम राम रणवीर सिंह। विद्यावती तुसी जाओ हुण। हाँ रणवीर जी, की खबर लेके आए हो? उस्ताद जोगिंदरपाल जी, मुबारक हो, खुशखबरी है आपके लिए। बेरा पाट गया थारे छोरा छोरी का, मैंने सब पता लगा लिया सा। अच्छा, मैं दिल्ली में रह रहे सा। दिल्ली च ने? वाह, हुन आएगा अमर साडे हाथ। जाओ तुसी हुन तैयारी आरंभ कर दियो। केरा ओहा गरम सा, मारते हो थोड़ा। अच्छा जोगिंदर पाल जी, मैं चालू सु। पता लग गया कुछ? बच्चों का पता लग जाएगा, बच्चे कितने जाएंगे? मेनू तो घबराहट होंदी है। क्यों, तैनू क्यों घबराहट हो रही? पता नहीं किस हाल च होंगे साड़े बच्चे। असी तो कोई कमी नहीं छड़ी। मेनू ये उम्मीद नहीं सी कि साड़ी थी इतना सारा सिर नीवा करनगे। मैं तो बिल्कुल उम्मीद नहीं सी। अच्छा मेरी गल सुनो, अमृता दादा साढ़े घर आप रिश्ता लेके आया। जमाना कित्थे दा कित्थे पहुंच गया। जात पात वाली कोई गल नहीं है इदां दी, आपां क्यों ना रिश्ता कर दईए। विद्यावती ये गल नहीं, तैनू मालूम है कि मैं अपने अपने बचपन के दोस्त घनश्याम शर्मा नूं ओदे बेटे मनु नाल व्याह करन वास्ते प्रीति दा हाथ देन वास्ते वचन दित्ता होया है। पर अज जमाना कित्थे दे कित्थे पहुंच गया। जमाना किते दी किते गया। पर नाल सुनो जी, दो संगीत प्रेमी है, जे असीं उन्हां नूं कट्ठे कर दांगे तां की माड़ी गल है। जोगिंदर पाल नूं चरित्रहीनता ते मर्यादा तों बाहर कोई गल पसंद नहीं। पहला वह प्रीति नूं अपने पिंड लै गया, ना तैनू दसिया ते ना मैनू दसिया। ते हुण प्रीति नूं उसने भजा के जो इतना बड़ा अपराध किया है, उसका अपराध कदे माफ नहीं किया जा सकता। विद्यावती तुसी उठो, आराम करो अपना, ये तुहाडे काम नहीं। इस साथ दीपू पता नहीं कित्थे मर गया, एक घंटा हो गया मैनू बैठे नूं। दीपू तू कुड़ियां? हाँ अमर, मैं कुड़ियां। ओ यार इन्ना वड्डा झूठ मैनू क्यों बोलिया? अमर मेरे कोल होर कोई रास्ता नहीं सी, मैं तेनू दस नहीं सकदी सी कि मैं कुड़ियां, मेरी मजबूरी सी, मैं तेनू कुछ भी नहीं दस सकदी सी। यार एहो जी केड़ी गल हो गई सी? अमर तू नहीं जानता मेरे घर दे संगीत नू पसंद नहीं करदे सी। अमर मैं संगीत सीखना चाहुंदी सी, इस करके मैनू अपना आप लुकाना पिया। मैनू माफ कर दी अमर, तेरे जान तो बाद मैनू एहसास होया कि मैं इस समाज खातिर अपने आप नू लुका रही हां, सिर्फ ओ भी लोकां करके। मैनू ए भी एहसास होया कि मैं एक कुड़ी होण दे बावजूद अपने वजूद नू छुपा रही हां, अपने नाल धोखा कर रही हूँ।
ਬੰਦਾ ਬਣ ਕੇ ਅਮਰ। ਯਾਰ ਦੀਪੂ, ਤੇਰੀ ਤਰ੍ਹਾਂ ਨਾ ਮੈਂ ਵੀ ਬਹੁਤ ਦੁੱਖ ਦੇਖਿਆ। ਠੀਕ ਆ, ਹੁਣ ਤੂੰ ਆਪਣੀ ਪਹਿਚਾਣ ਆਪ ਹੀ ਬਣਾ, ਪਰ ਮੇਰੇ ਲਈ ਤੂੰ ਮੇਰਾ ਦੀਪੂ ਹੀ ਰਹੇਗਾ, ਮੇਰਾ ਦੀਪੂ ਯਾਰ। ਚੱਲ ਚੱਲੀਏ। ਵਾਲੇਕੁਮ ਅਸਲਾਮ ਬੇਟਾ। ਬੇਟਾ ਆਪਕਾ ਦਿੱਲੀ ਮੇਂ ਦਿਲ ਲੱਗ ਗਿਆ ਹੈ ਕਿਆ? ਜੀ ਗੁਰੂ ਜੀ, ਹਮ ਬਹੁਤ ਖੁਸ਼ ਹੈ ਕਿ ਦਿੱਲੀ ਕੀ ਮਹਿਫਲੋਂ ਮੈਂ ਆਪਕਾ ਨਾਮ ਬਹੁਤ ਰੋਸ਼ਨ ਹੋ ਰਹਾ ਹੈ। ਹਮ ਬਹੁਤ ਖੁਸ਼ ਹੈ ਕਿ ਆਪ ਬੜੇ ਅਦਬ ਔਰ ਲਗਨ ਕੇ ਸਾਥ ਸੰਗੀਤ ਸਿੱਖ ਰਹੇ ਹੈ। ਅੱਛਾ ਸੰਗੀਤ ਦਿਲ ਕੋ ਤਸਕੀਨ ਹੀ ਦੇਤਾ ਹੈ। ਜੀ ਗੁਰੂ ਜੀ। ਬਹੂ ਜੀ, ਅੱਬਾ ਹਜ਼ੂਰ, ਦੇਖੋ ਤੋ ਕੌਣ ਆਇਆ ਹੈ? ਆਈ ਅਮਰ ਔਰ ਪ੍ਰੀਤੀ ਆਏ ਹੈ, ਇਨਕੇ ਲਿਏ ਮਿਲਕ ਬਾਦਾਮ ਕਾ ਸ਼ਰਬਤ ਲੈ ਆਈਏ। ਅਭੀ ਲਾਈ ਅੱਬਾ ਹਜ਼ੂਰ। ਵਾਲੇਕੁਮ ਸਲਾਮ। ਅਮਰ ਔਰ ਪ੍ਰੀਤ ਆਏ ਹੈ? ਬੇਟਾ ਇੱਕ ਬਾਤ ਯਾਦ ਆਈ। ਪੰਜਾਬ ਕੇ ਇੱਕ ਛੋਟੇ ਸੇ ਸ਼ਹਿਰ ਮੁਲਕ ਮੈਂ ਭਾਰਤ ਪਾਕਿਸਤਾਨ ਏਕਤਾ ਮੰਚ ਕੀ ਤਰਫ ਸੇ ਇੱਕ ਮੁਖਤਸਰ ਸਾ ਤੀਨ ਰੋਜ਼ਾ ਸੰਗੀਤ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਮੈਂ ਪਾਕਿਸਤਾਨ ਸੇ ਪ੍ਰੋਫੈਸਰ ਸੈਫੁਦੀਨ ਸੂਦ ਵੀ ਪਹੁੰਚ ਰਹੇ ਹੈ। ਪ੍ਰੋਗਰਾਮ ਕੀ ਇੰਤਜ਼ਾਮੀਆ ਕਮੇਟੀ ਕੇ ਮਾਸਟਰ ਲਕਸ਼ਮਣ ਸਾਹਿਬ ਮੁਝੇ ਅੱਛੀ ਤਰ੍ਹਾਂ ਜਾਣਤੇ ਹੈ। ਮੈਨੇ ਆਪਕਾ ਨਾਮ ਵੀ ਇਸ ਪ੍ਰੋਗਰਾਮ ਮੈਂ ਸ਼ਮੂਲੀਅਤ ਕੇ ਲੀਏ ਭੇਜ ਦਿਆ ਹੈ। ਉਸਤਾਦ ਜੀ, ਇਹ ਤਾਂ ਆਪ ਜੀ ਸਾਡੇ 'ਤੇ ਬਹੁਤ ਵੱਡਾ ਅਹਿਸਾਨ ਕਰ ਰਹੇ ਹੋ। ਉਸਤਾਦ ਜੀ, ਤੁਹਾਡੇ ਕੋਲ ਰਹਿ ਕੇ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ। ਪਤਾ ਨਹੀਂ ਕਿਉਂ ਕੁਛ ਲੋਕ ਮੁਸਲਮਾਨਾਂ ਪ੍ਰਤੀ ਮਨ ਵਿੱਚ ਗਲਤ ਭਾਵਨਾ ਰੱਖਦੇ ਆ। ਭਾਰਤ ਪਾਕਿਸਤਾਨ ਦੇ ਲੋਕ ਇੱਕ ਨੇ, ਸਾਡਾ ਸੱਭਿਆਚਾਰ ਇੱਕ ਹੈ, ਕਲਾ ਸਾਂਝੀ ਹੈ। ਇਹ ਸਾਰੇ ਜੰਗ ਯੁੱਧ ਫਸਾਦਾਂ ਦੀ ਜੜ੍ਹ ਇੱਧਰ ਅਤੇ ਉੱਧਰ ਦੇ ਸਵਾਰਥੀ ਰਾਜਨੇਤਾ ਹਨ। ਉਸਤਾਦ ਜੀ, ਮੈਨੂੰ ਪੂਰਾ ਯਕੀਨ ਹੈ ਕਿ ਦੋਨਾਂ ਮੁਲਕਾਂ ਦੇ ਕਲਾਕਾਰ ਅਤੇ ਸਾਹਿਤਕਾਰ ਇੱਕ ਨਾ ਇੱਕ ਦਿਨ ਸਾਰੀਆਂ ਦੀਵਾਰਾਂ ਮਿਟਾ ਕੇ ਭਾਰਤ ਪਾਕ ਦੋਸਤੀ ਦੀਆਂ ਜੜ੍ਹਾਂ ਮਜ਼ਬੂਤ ਕਰਨਗੇ। ਦੇਖੀਏ, ਕੁਛ ਵਕਤ ਪਹਿਲੇ ਕੁਛ ਸਮਾਂ ਪਹਿਲੇ ਹਮਨੇ ਹਿੰਦੂ ਮੁਸਲਿਮ ਔਰ ਸਿੱਖੋ ਨੇ ਮਿਲਕਰ ਆਪਣੇ ਮੁਲਕ ਕੀ ਆਜ਼ਾਦੀ ਕੇ ਲੀਏ ਅੰਗਰੇਜ਼ੋ ਕੇ ਖਿਲਾਫ ਲੜਾਈ ਕੀ ਔਰ ਉਨਕੋ ਇਸ ਮੁਲਕ ਕੋ ਛੋੜ ਕੇ ਜਾਣਾ ਪੜਾ। ਮਗਰ ਜਾਤੇ ਜਾਤੇ ਉਨ੍ਹੋਂਨੇ ਇਸ ਮੁਲਕ ਕੋ ਦੋ ਹਿੱਸੋਂ ਮੇਂ ਬਾਂਟ ਕਰ ਪਾਕਿਸਤਾਨ ਹਿੰਦੁਸਤਾਨ ਬਣਾ ਕਰ ਹਿੰਦੂ ਮੁਸਲਿਮ ਕੋ ਬਾਂਟ ਕਰ ਇੱਕ ਐਸਾ ਜ਼ਹਿਰੀਲਾ ਬੀਜ ਬੋਇਆ ਕਿ ਹਮ ਇੱਕ ਦੂਸਰੇ ਕੇ ਦੁਸ਼ਮਨ ਬਣ ਗਏ। ਜੀ ਉਸਤਾਦ ਜੀ, ਆਪ ਜੀ ਨੇ ਬਿਲਕੁਲ ਸਹੀ ਕਿਹਾ, ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਹੁਣ ਸਵਾਰਥੀ ਰਾਜਨੇਤਾਵਾਂ ਦੀਆਂ ਕੁਟਲ ਚਾਲਾਂ ਨੂੰ ਭਾਰਤ ਦੇ ਲੋਕ ਵੀ ਸਮਝਦੇ ਨੇ ਤੇ ਪਾਕਿਸਤਾਨ ਦੇ ਲੋਕ ਵੀ। ਅੱਛਾ ਬੇਟਾ, ਮੈਂ ਚਲਤਾ ਹੂੰ।